ਕਿਉਂ ਹੈ ਅੱਜ ਦਾ ਸਿੱਖ ਇਤਿਹਾਸ ਤ੍ਰਾਸਦੀ ਭਰਿਆ? ਮਹਾਰਾਜਾ ਦਲੀਪ ਸਿੰਘ ਸਿੱਖਾਂ ਨਾਲ ਕਿਉਂ ਕਰਨ ਲੱਗੇ ਸਨ ਨਫ਼ਰਤ? ਮਹਾਰਾਜਾ ਦਲੀਪ ਸਿੰਘ ਨੇ ਲੇਡੀ ਲੋਗਨ ਨੂੰ ਤੋਹਫ਼ੇ ਵਿੱਚ ਕੀ ਦਿੱਤਾ? ਮਹਾਰਾਜਾ ਦਲੀਪ ਸਿੰਘ ਈਸਾਈ ਕਿਉਂ ਬਣੇ? ਮਹਾਰਾਜਾ ਦਲੀਪ ਸਿੰਘ ਨੂੰ ਸਿੱਖ ਧਰਮ ਦੀ ਸਿੱਖਿਆ ਨਾ ਦੇਣ ਦੇ ਕੀ ਸਨ ਕਾਰਨ? ਸੋ ਇਸ ਵੀਡੀਓ ਨੂੰ ਅਖੀਰ ਤੱਕ ਪੂਰਾ ਦੇਖਿਓ ਤਾਂ ਕਿ ਇਹਨਾਂ ਸਵਾਲਾਂ ਦੇ ਜਵਾਬ ਮਿਲ ਸਕਣ। ਡੇਲੀ ਡੈਸਕ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੈਂ ਲਵਲਜੀਤ ਕੌਰ ਫਤਿਹ ਅਰਜ਼ ਕਰਦੀ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਅੱਜ ਫਿਰ ਆਪਾਂ ਹਾਜ਼ਰ ਹਾਂ ਤੁਹਾਡੇ ਲਈ ਕੁਝ ਇਤਿਹਾਸਿਕ ਘਟਨਾਵਾਂ ਲੈ ਕੇ। ਅੱਜ ਦੇ ਦਿਨ ਦੀਆਂ ਬਹੁਤ ਸਾਰੀਆਂ ਇਤਿਹਾਸਿਕ ਘਟਨਾਵਾਂ ਹੋਈਆਂ ਹਨ, ਪਰ ਉਹਨਾਂ ਦੇ ਵਿੱਚੋਂ ਇੱਕ ਬਹੁਤ ਹੀ ਦੁਖਦਾਈ ਤੇ ਤ੍ਰਾਸਦੀ ਭਰੀ ਘਟਨਾ ਹੈ ਜੋ ਆਪ ਜੀ ਦੇ ਨਾਲ ਸਾਂਝੀ ਕਰਾਂਗੀ। 19 ਅਪ੍ਰੈਲ 1852 ਅੰਗਰੇਜ਼ਾਂ ਵੱਲੋਂ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾਉਣ ਦੇ ਲਈ ਇੰਗਲੈਂਡ ਭੇਜ ਦਿੱਤਾ ਗਿਆ ਅਤੇ ਬਾਅਦ ਵਿੱਚ 8 ਮਾਰਚ 1853 ਨੂੰ ਪੰਜਾਬ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾ ਦਿੱਤਾ ਗਿਆ। ਸਭ ਤੋਂ ਦੁਖਦਾਈ ਗੱਲ ਜੋ ਦਿਲ ਤੇ ਪੱਥਰ ਰੱਖ ਕੇ ਬੋਲਣੀ ਪੈ ਰਹੀ ਹੈ ਉਹ ਇਹ ਸੀ ਕਿ ਈਸਾਈ ਧਰਮ ਅਪਣਾਉਣ ਤੋਂ ਕੁਝ ਦਿਨ ਪਹਿਲਾਂ ਮਹਾਰਾਜਾ ਦਲੀਪ ਸਿੰਘ ਨੇ ਆਪਣੇ ਹੀ ਕੇਸਾਂ ਨੂੰ ਲੇਡੀ ਲੋਗਨ ਨੂੰ ਤੋਹਫ਼ੇ ਵਜੋਂ ਭੇਟ ਕੀਤਾ। ਪੰਜਾਬ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੀ ਗੱਲ ਜਦੋਂ ਚੱਲਦੀ ਹੈ ਤਾਂ ਜਿਹਨ ਵਿੱਚ ਲੁੱਟੇ ਹੋਏ ਰਾਜ ਪੰਜਾਬ ਦਾ ਅਕਸ਼ ਬਣ ਜਾਂਦਾ ਹੈ। ਸਾਡਾ ਵੀ ਕਦੇ ਰਾਜ ਹੁੰਦਾ ਸੀ, ਅਸੀਂ ਵੀ ਕਦੇ ਰਾਜ ਕਰਦੇ ਸਾਂ। ਗਵਾਚੇ ਹੋਏ ਜਾਂ ਗਵਾਚ ਗਏ ਉਸ ਸਿੱਖ ਰਾਜ ਦਾ ਦਰਦ, ਅੰਗਰੇਜ਼ ਸਾਮਰਾਜ ਦੇ ਸਰਕਾਰੀ ਜ਼ਬਰ ਦੀ ਇੰਤਹਾ ਦੇ ਕਾਰਨ ਪਿੰਜਰੇ ਵਿੱਚ ਬੰਦ ਹੋਏ ਉਸ ਸ਼ੇਰ ਮਹਾਰਾਜੇ ਦੀ ਗਾਥਾ ਕੋਈ ਕਹੀ ਸੁਣੀ ਕਹਾਣੀ ਨਹੀਂ ਹੈ। ਜਿਸ ਦਾ ਪਿਤਾ ਪੁਰਖੀ ਧਰਮ ਹੀ ਤਬਦੀਲ ਕਰ ਦਿੱਤਾ ਗਿਆ ਹੋਵੇ, ਉਸ ਦੀ ਤੜਪ ਅਤੇ ਉਸ ਦੀ ਆਪਣੇ ਦੇਸ਼ ਪੰਜਾਬ ਦੀ ਆਜ਼ਾਦੀ ਦੇ ਲਈ ਕੀਤੀ ਜੱਦੋਜਹਿਦ ਨੂੰ ਕੀ ਨਾਂ ਦਿਓਗੇ? ਇਹ ਆਪਣੇ ਆਪ ਵਿੱਚ ਇੱਕ ਅਨੋਖਾ ਹੀ ਇਤਿਹਾਸ ਹੈ। ਮਹਾਰਾਜਾ ਸਾਹਿਬ ਦਲੀਪ ਸਿੰਘ ਸਿੱਖ ਇਤਿਹਾਸ ਦਾ ਅਜਿਹਾ ਪਾਤਰ ਹੈ ਜਿਸ ਦੀ ਤੜਪ ਵੀ ਵੱਖਰੀ ਹੈ, ਜਿਸ ਦਾ ਦਰਦ ਵੀ ਅਨੋਖਾ ਹੈ। ਇਹ ਉਹ ਬਾਦਸ਼ਾਹ ਹੈ ਜਿਸ ਦਾ ਜਨਮ ਇੱਕ ਰਾਜੇ ਦੇ ਘਰ ਹੋਇਆ, ਪਰ ਉਸਦਾ ਖਿਡੌਣਿਆਂ ਨਾਲ ਖੇਡਣ ਵਾਲਾ ਬਚਪਨ ਹੀ ਉਸ ਪਾਸੋਂ ਖੋ ਲਿਆ ਗਿਆ ਹੋਵੇ। ਪੰਜਾਬ ਹੋਵੇ ਭਾਵੇਂ ਹੋਵੇ ਇੰਗਲੈਂਡ, ਇੱਕ ਅਜੀਬ ਜਿਹੀ ਤ੍ਰਾਸਦੀ ਦੇ ਨਾਲ ਜਿਸਨੇ ਮਹਿਲਾਂ ਦੇ ਵਿੱਚ ਰਹਿ ਕੇ ਗੁਲਾਮੀ ਹੰਢਾਈ ਹੋਵੇ, ਜਿਸਦਾ ਸਿਰਫ ਬਚਪਨ ਹੀ ਨਹੀਂ ਉਸਦਾ ਧਰਮ ਵੀ ਉਸ ਪਾਸੋਂ ਖੋ ਲਿਆ ਹੋਵੇ। ਦੇਸ਼ ਪੰਜਾਬ ਅਤੇ ਸਿੱਖ ਕੌਮ ਦੇ ਬੇਤਾਜ ਬਾਦਸ਼ਾਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਇਸ ਆਖਰੀ ਸੰਤਾਨ ਨੂੰ ਆਪਣੇ ਜੀਵਨ ਦੇ ਸਫ਼ਰ ਵਿੱਚ ਬਚਪਨ ਤੋਂ ਲੈ ਕੇ ਆਖਰ ਤੱਕ ਸਿਰਫ ਦੁਸ਼ਵਾਰੀਆਂ ਹੀ ਮਿਲੀਆਂ। ਸ਼ਾਇਦ ਕਿਸੇ ਹੋਰ ਇਤਿਹਾਸ ਦੇ ਕਿਸੇ ਪੰਨੇ ਤੇ ਕੋਈ ਅਜਿਹਾ ਤ੍ਰਾਸਦਿਕ ਇਤਿਹਾਸ ਨਾ ਅੰਕਿਤ ਹੋਇਆ ਹੋਵੇ। 5 ਵਰੇ ਦੀ ਬਾਲੜੀ ਉਮਰੇ ਜਿਸਨੂੰ ਰਾਜ ਤਿਲਕ ਵੀ ਸਾਜਿਸ਼ਕਾਰਾਂ ਵੱਲੋਂ ਉਸਨੂੰ ਕਤਲ ਕਰਨ ਦੀ ਮਨਸ਼ਾ ਨਾਲ ਲਗਾਇਆ ਗਿਆ ਹੋਵੇ, ਜਿਹੜਾ ਕਲਗੀ ਲਗਾ ਕੇ ਆਪਣੇ ਹੀ ਦਰਬਾਰ ਦੇ ਰਾਜ ਸਿੰਘਾਸਨ ਤੇ ਗੁਲਾਮੀ ਦਾ ਚੋਲਾ ਪਹਿਣ ਕੇ ਬੈਠਦਾ ਹੋਵੇ, ਐਸਾ ਤ੍ਰਾਸਦਿਕ ਬਚਪਨ ਜਿੱਥੇ ਇੱਕ ਪਾਸੇ ਆਪਣੇ ਹੀ ਕਾਤਲ ਨਜ਼ਰਾਂ ਨਾਲ ਮਹਾਰਾਜਾ ਸਾਹਿਬ ਨੂੰ ਘੂਰਦੇ ਹੋਣ ਤੇ ਦੂਜੇ ਪਾਸੇ ਅੰਗਰੇਜ਼ਾਂ ਦੀਆਂ ਲਲਚਾਈਆਂ ਲਾਰਾਂ ਕੱਢਦੀਆਂ ਨਜ਼ਰਾਂ ਸਿੱਧੇ ਮਹਾਰਾਜਾ ਦਲੀਪ ਸਿੰਘ ਦੇ ਵਤਨ ਪੰਜਾਬ ਉੱਤੇ ਹੋਣ। ਅਸਲ ਵਿੱਚ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ ਦੇਹਾਂਤ ਤੋਂ ਬਾਅਦ ਅੰਗਰੇਜ਼ਾਂ ਦੀਆਂ ਰਾਜਸੀ ਲਾਲਸਾਵਾਂ ਪੰਜਾਬ ਉੱਪਰ ਸਨ। ਦੂਜੇ ਪਾਸੇ ਅੰਗਰੇਜ਼ ਆਪਣੀ ਰਾਹ ਵਿੱਚ ਸਿੱਖ ਰਾਜ ਨੂੰ ਸਭ ਤੋਂ ਵੱਡਾ ਅੜਿੱਕਾ ਵੀ ਸਮਝਦੇ ਸਨ। ਇਸ ਤੋਂ ਇਲਾਵਾ ਅੰਗਰੇਜ਼ਾਂ ਨਾਲ ਸਿੰਘਾਂ ਦੀਆਂ ਹੋਈਆਂ ਜੰਗਾਂ ਨੇ ਅੰਗਰੇਜ਼ਾਂ ਦੇ ਨਾ ਸਿਰਫ ਨੱਕ 'ਚ ਹੀ ਦਮ ਕੀਤਾ ਸੀ, ਸਗੋਂ ਉਹਨਾਂ ਨੂੰ ਇਹ ਅਹਿਸਾਸ ਵੀ ਕਰਾ ਦਿੱਤਾ ਸੀ ਕਿ ਇਤਨੀ ਫੁੱਟ ਦੇ ਬਾਵਜੂਦ ਵੀ ਸਿੰਘਾਂ ਨੂੰ ਉਹਨਾਂ ਦੇ ਜਜ਼ਬੇ ਭਰੇ ਹੌਸਲੇ ਤੋਂ ਡਿਗਾਇਆ ਨਹੀਂ ਜਾ ਸਕਿਆ। ਇਹਨਾਂ ਜੰਗਾਂ ਨੇ ਅੰਗਰੇਜ਼ਾਂ ਦੇ ਜਿੱਥੇ ਨਿੰਬੂਆਂ ਵਾਂਗ ਲਹੂ ਨਚੋੜੇ ਸਨ, ਉੱਥੇ ਉਹਨਾਂ ਦੇ ਰਾਜਸੀ ਨੇਤਾਵਾਂ ਦੇ ਸਾਹ ਵੀ ਸੁੱਤੇ ਗਏ ਸਨ। ਆਪਣੀ ਸਿੱਖੀ ਅਣਖ ਅਤੇ ਗੈਰਤ ਨੂੰ ਬਚਾਉਣ ਲਈ ਸਿੱਖਾਂ ਵੱਲੋਂ ਜਿਸ ਬਹਾਦਰੀ ਅਤੇ ਜਿੰਦਾਦਲੀ ਦੇ ਨਾਲ ਜੰਗਾਂ ਲੜੀਆਂ ਗਈਆਂ ਸਨ,
ਉਸ ਕਾਰਨ ਸਿੱਖ ਫੌਜ ਦੀ ਦਲੇਰੀ ਤੇ ਦਿਆਨਤਦਾਰੀ ਨੇ ਗੋਰਿਆਂ ਦੇ ਮਨਾਂ ਵਿੱਚ ਸਿੱਖ ਬਹਾਦਰੀ ਦਾ ਦਹਿਲ ਹਮੇਸ਼ਾ ਲਈ ਪਾ ਦਿੱਤਾ ਸੀ। ਅੰਗਰੇਜ਼ਾਂ ਨੇ ਇਸ ਆਪਣੇ ਸਾਰੇ ਤਜਰਬੇ ਤੋਂ ਬਾਅਦ ਇੱਕ ਗੱਲ ਸਾਫ਼ ਤੌਰ ਤੇ ਭਾਂਪ ਲਈ ਸੀ ਕਿ ਜੇ ਪੰਜਾਬ ਵਿੱਚ ਰਾਜ ਕਾਇਮ ਕਰਨਾ ਹੈ ਤਾਂ ਜਿੱਥੇ ਸਿੱਖਾਂ ਵਿੱਚ ਫੁੱਟ ਪਾਉਣੀ ਹੋਵੇਗੀ ਉੱਥੇ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਤੋਂ ਬਾਹਰ ਕੱਢਣਾ ਹੋਵੇਗਾ। ਅੰਗਰੇਜ਼ ਇਹ ਵੀ ਚੰਗੀ ਤਰ੍ਹਾਂ ਜਾਣ ਚੁੱਕੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਾਇਮ ਕੀਤਾ ਗਿਆ ਰਾਜ ਸਿਰਫ ਇੱਕ ਰਾਜ ਨਹੀਂ ਸਗੋਂ ਸਿੱਖਾਂ ਵੱਲੋਂ ਰਾਜ ਧਰਮ ਨਿਭਾਉਣ ਦੀ ਇੱਕ ਕਰਮ ਕਿਰਿਆ ਹੈ। ਇਸ ਕਰਕੇ ਸਿੱਖਾਂ ਦੀ ਰਾਜ ਭਾਵਨਾ ਇੱਕ ਅਣਖ ਜਾਂ ਸਿਰਫ ਗੈਰਤ ਹੀ ਨਹੀਂ ਸਗੋਂ ਇਹ ਇੱਕ ਧਾਰਮਿਕ ਅਕੀਦਾ ਵੀ ਹੈ ਜੋ ਸਿੱਖ ਰਾਜ ਦੇ ਮਾਣ ਦਾ ਪ੍ਰਤੀਕ ਹੈ। ਉਹਨਾਂ ਨੂੰ ਇਹ ਨਿਸ਼ਚਾ ਹੋ ਗਿਆ ਸੀ ਕਿ ਸਿੱਖ ਬਿਨਾਂ ਰੁਕੇ ਸ਼ਹੀਦੀਆਂ ਦਿੰਦੇ ਰਹਿਣਗੇ ਅਤੇ ਆਪਣੇ ਰਾਜ ਦੀ ਮੁੜ ਪ੍ਰਾਪਤੀ ਲਈ ਯਤਨ ਕਰਦੇ ਰਹਿਣਗੇ। ਅੰਗਰੇਜ਼ਾਂ ਨੇ ਆਪਣੀ ਮਸ਼ਹੂਰ ਪਾਲਿਸੀ ਪਾੜੋ ਤੇ ਰਾਜ ਕਰੋ ਦੀ ਨੀਤੀ ਦੇ ਨਾਲ ਸਿੱਖਾਂ ਦੇ ਨਾਲ ਵੀ ਇਸੇ ਨੀਤੀ ਦੇ ਨਾਲ ਕੰਮ ਕੀਤਾ ਤੇ ਗੱਦਾਰਾਂ ਨੂੰ ਖਰੀਦ ਕੇ ਪਾੜਾ ਪਾਉਣਾ ਸ਼ੁਰੂ ਕਰ ਦਿੱਤਾ। ਨਾਲ ਹੀ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਵਿੱਚੋਂ ਬਾਹਰ ਕੱਢਣ ਦੀ ਨੀਤੀ ਨੂੰ ਪ੍ਰਵਾਨ ਚੜਾਉਣ ਲਈ 19 ਅਪ੍ਰੈਲ 1852 ਵਾਲੇ ਦਿਨ ਮਹਾਰਾਜਾ ਦਲੀਪ ਸਿੰਘ ਨੂੰ ਬੰਦੀ ਬਣਾ ਕੇ ਇੰਗਲੈਂਡ ਦੇ ਸਾਊਥਹੈਂਪਟਨ ਵਿਖੇ ਲਿਆਂਦਾ ਗਿਆ। ਮਹਾਰਾਜਾ ਦਲੀਪ ਸਿੰਘ ਹੁਣਾਂ ਦੇ ਨਾਲ ਉਹਨਾਂ ਦਾ ਬੇਸ਼ਕੀਮਤੀ ਕੋਹੇਨੂਰ ਹੀਰਾ ਤਾਂ ਅੱਜ ਵੀ ਬ੍ਰਿਟਿਸ਼ ਰਾਜ ਦੀ ਲੁੱਟ ਦੀ ਗਵਾਹੀ ਤੇ ਦੁਹਾਈ ਭਰਦਾ ਹੈ। ਕਿ ਅੰਗਰੇਜ਼ਾਂ ਦੀ ਜਿੱਤ ਦਾ ਜਸ਼ਨ ਸੀ ਇਸ ਮਾਸੂਮ ਨੂੰ ਈਸਾਈ ਬਣਾਉਣਾ? ਇੰਜ ਇੱਕ ਮਾਸੂਮ ਨੂੰ ਰਾਜਸੀ ਬੰਧਕ ਅਤੇ ਸਰਕਾਰੀ ਕੈਦੀ ਬਣਾ ਕੇ ਅੰਗਰੇਜ਼ਾਂ ਨੇ ਜਿੱਤ ਦਾ ਜਸ਼ਨ ਵੀ ਜ਼ਰੂਰ ਮਨਾਇਆ ਹੋਵੇਗਾ, ਪਰ ਇੰਜ ਦੀ ਕਾਰਵਾਈ ਨੂੰ ਬਹਾਦਰੀ ਤਾਂ ਹਰਗਿਜ਼ ਨਹੀਂ ਕਿਹਾ ਜਾ ਸਕਦਾ। ਸਿੱਖੀ ਨੂੰ ਅਤੇ ਸਿੱਖ ਰਾਜ ਨੂੰ ਖਤਮ ਕਰਨ ਦੇ ਮਨਸੇ ਦੇ ਨਾਲ ਅੰਗਰੇਜ਼ਾਂ ਨੇ ਆਪਣੇ ਅਗਲੇ ਕਦਮ ਦੇ ਤਹਿਤ ਮਹਾਰਾਜਾ ਦਲੀਪ ਸਿੰਘ ਨੂੰ ਸਰ ਜਾਹਨ ਤੇ ਲੇਡੀ ਲੋਗਨ ਦੀ ਨਿਗਰਾਨੀ ਹੇਠ ਭੇਜ ਦਿੱਤਾ ਤਾਂ ਜੋ ਉਹ ਇੱਕ ਮਾਸੂਮ ਨੂੰ ਸਿੱਖੀ ਨਾਲੋਂ ਤੋੜ ਕੇ ਉਸ ਉੱਪਰ ਈਸਾਈਅਤ ਦੀ ਪਾਣ ਚਾੜ ਸਕਣ। ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਈਸਾਈਅਤ ਗ੍ਰਹਿਣ ਕਰਵਾਉਣ ਦੇ ਮਨਸੇ ਨਾਲ ਉਸ ਮਾਸੂਮ ਦੇ ਕੋਮਲ ਮਨ ਵਿੱਚ ਇੰਗਲੈਂਡ ਦੇ ਹਸੀਨ ਨਜ਼ਾਰਿਆਂ ਦੇ ਨਾਲ ਇਸ ਦੁਨੀਆ ਦੇ ਮਨ ਲੁਭਾਵਨੇ ਮੋਹ ਵਿੱਚ ਫਸਾਉਣਾ ਸ਼ੁਰੂ ਕਰ ਦਿੱਤਾ। ਮਾਸੂਮ ਮਹਾਰਾਜਾ ਦਲੀਪ ਸਿੰਘ ਮਰਦਾ ਕੀ ਨਾ ਕਰਦਾ, ਉਸ ਕੋਲ ਹੋਰ ਕੋਈ ਰਾਹ ਨਹੀਂ ਸੀ। ਉਸ ਨੇ ਆਖਿਰ ਮਜਬੂਰ ਹੋ ਕੇ ਅੰਗਰੇਜ਼ਾਂ ਦੀ ਇੱਛਾ ਮੁਤਾਬਕ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ। ਅਸਲ ਵਿੱਚ ਇਹ ਕੋਈ ਨਵੀਂ ਸ਼ੁਰੂਆਤ ਨਹੀਂ ਸੀ। ਇਸ ਕੰਮ ਨੂੰ ਅੰਜਾਮ ਦੇਣ ਦੇ ਲਈ ਅੰਗਰੇਜ਼ਾਂ ਨੇ ਮਹਾਰਾਜਾ ਸਾਹਿਬ ਦੇ ਪੰਜਾਬ ਹੁੰਦਿਆਂ ਹੀ ਹੋਮਵਰਕ ਸ਼ੁਰੂ ਕਰ ਦਿੱਤਾ ਸੀ। ਮਹਾਰਾਜਾ ਦਲੀਪ ਸਿੰਘ ਦੇ ਰਾਜ ਦੇ ਸ਼ਾਸਨ ਕਾਲ ਦੇ ਵਕਤ ਉਸ ਨੂੰ ਧਾਰਮਿਕ ਸਿੱਖਿਆ ਦੇਣ ਦੇ ਲਈ ਕੋਈ ਨਹੀਂ ਸੀ ਤੇ ਅੰਗਰੇਜ਼ਾਂ ਨੇ ਇਸ ਗੱਲ ਦਾ ਫਾਇਦਾ ਉਠਾਉਂਦਿਆਂ ਹੋਇਆ ਭਜਨ ਲਾਲ ਨਾਮ ਦੇ ਇੱਕ ਸਥਾਨਕ ਬ੍ਰਾਹਮਣ ਜਿਸਨੇ ਖੁਦ ਲਾਲਚ ਵਸ ਈਸਾਈ ਧਰਮ ਅਪਣਾ ਲਿਆ ਸੀ ਉਸ ਨੂੰ ਦਲੀਪ ਸਿੰਘ ਦੀ ਸਿੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ। ਸੋ ਇੰਜ ਮਹਾਰਾਜਾ ਦਲੀਪ ਸਿੰਘ ਹੁਣਾਂ ਨੂੰ ਇੰਗਲੈਂਡ ਲਿਆਉਣ ਤੋਂ ਪਹਿਲਾਂ ਉਸ ਨੂੰ ਈਸਾਈ ਸਜਾਏ ਜਾਣ ਦੀ ਗਰਾਊਂਡ ਤਿਆਰ ਕਰ ਲਈ ਗਈ ਸੀ। 21 ਦਸੰਬਰ 1850 ਵਾਲੇ ਦਿਨ ਮਹਾਰਾਜਾ ਦਲੀਪ ਸਿੰਘ ਨੂੰ ਫਤਿਹਗੜ੍ਹ ਸਾਹਿਬ ਵਿਖੇ ਈਸਾਈ ਮਿਸ਼ਨਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਡਾਕਟਰ ਲੋਗਨ ਇੱਕ ਚਿੱਠੀ ਵਿੱਚ ਮਹਾਰਾਜਾ ਦਲੀਪ ਸਿੰਘ ਬਾਰੇ ਲਿਖਦਾ ਹੈ ਕਿ ਉਹ ਬੜੇ ਚੰਗੇ ਸੁਭਾਅ ਦਾ ਬਹੁਤ ਹੀ ਖੂਬਸੂਰਤ ਬੱਚਾ ਹੈ। 10 ਅਪ੍ਰੈਲ 1849 ਨੂੰ ਡਾਕਟਰ ਲੋਗਨ ਨੇ ਆਪਣੀ ਪਤਨੀ ਲੇਡੀ ਲੋਗਨ ਨੂੰ ਚਿੱਠੀ ਲਿਖੀ ਜਿਸ ਵਿੱਚ ਉਹ ਲਿਖਦਾ ਹੈ ਕਿ ਦਲੀਪ ਸਿੰਘ ਬੜਾ ਆਗਿਆਕਾਰ ਹੈ ਤੇ ਉਸਨੇ ਫਾਰਸੀ ਤੇ ਅੰਗਰੇਜ਼ੀ ਪੜ੍ਹਨੀ ਸ਼ੁਰੂ ਕਰ ਦਿੱਤੀ ਹੈ। ਇੱਥੇ ਜ਼ਿਕਰ ਕਰਦੇ ਚੱਲੀਏ ਕਿ ਲੋਗਨ ਦੇ ਆਉਣ ਨਾਲ ਮਹਾਰਾਜਾ ਦਲੀਪ ਸਿੰਘ ਦੀ ਬਾਕੀ ਦੀ ਸਿੱਖ ਧਾਰਮਿਕ ਵਿੱਦਿਆ ਬਿਲਕੁਲ ਬੰਦ ਕਰ ਦਿੱਤੀ ਗਈ ਸੀ ਅਤੇ ਉਸ ਨੂੰ ਪੰਜਾਬੀ ਭਾਸ਼ਾ ਪੜ੍ਹਨੋਂ ਵੀ ਹਟਾ ਦਿੱਤਾ ਗਿਆ ਸੀ। ਅੰਗਰੇਜ਼ੀ ਦੀ ਪੜ੍ਹਾਈ ਤੇਜ ਕਰਨ ਵਾਲੇ ਥੋਮਸ ਲਾਂਬਰਟ ਬਾਰਲੋ ਨੂੰ ਉਚੇਚੇ ਤੌਰ ਤੇ ਰੱਖਿਆ ਗਿਆ ਸੀ। ਪਹਿਲਾਂ ਮਹਾਰਾਜਾ ਦਲੀਪ ਸਿੰਘ ਰੋਜ਼ ਗੁਰਬਾਣੀ ਦਾ ਕੀਰਤਨ ਤੇ ਸਿੱਖ ਇਤਿਹਾਸ ਦੀਆਂ ਸਾਖੀਆਂ ਸੁਣਦਾ ਸੀ, ਪਰ ਹੁਣ ਅੰਜੀਲ ਦੀਆਂ ਆਇਤਾਂ ਤੇ ਈਸਾਈ ਮਤ ਦੀਆਂ ਸਿੱਖਿਆਵਾਂ ਦਿੱਤੀਆਂ ਜਾਣ ਲੱਗ ਗਈਆਂ।
ਇਸ ਦੇ ਨਾਲ ਉਸ ਬੱਚੇ ਦੇ ਕੋਮਲ ਮਨ ਵਿੱਚ ਇਹ ਗੱਲ ਵੀ ਭਰੀ ਜਾ ਰਹੀ ਸੀ ਕਿ ਸਿੱਖ ਹੀ ਉਸ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਇੰਜ ਹਰ ਵੇਲੇ ਉਸ ਦੇ ਮਾਸੂਮ ਦਿਲ ਵਿੱਚ ਸਿੱਖਾਂ ਵਾਸਤੇ ਜੰਮ ਕੇ ਨਫ਼ਰਤ ਭਰੀ ਜਾ ਰਹੀ ਸੀ। ਡਾਕਟਰ ਲੌਗਿਨ ਨੇ ਆਪਣੇ ਖਾਤੇ ਵਿੱਚ ਇਹ ਵੀ ਲਿਖਿਆ ਕਿ ਦਲੀਪ ਨੇ ਮੈਨੂੰ ਦੱਸਿਆ ਹੈ ਕਿ ਹੁਣ ਉਸ ਨੂੰ ਸਿੱਖਾਂ ਤੇ ਕੋਈ ਭਰੋਸਾ ਨਹੀਂ ਰਿਹਾ। 4 ਸਤੰਬਰ ਨੂੰ ਮਹਾਰਾਜਾ ਦਲੀਪ ਸਿੰਘ ਦਾ ਜਨਮ ਦਿਨ ਈਸਾਈ ਰੀਤ ਦੇ ਮੁਤਾਬਕ ਮਨਾਇਆ ਗਿਆ। ਡਾਕਟਰ ਲੌਗਿਨ ਦੇ ਕਹੇ ਮੁਤਾਬਕ ਡਾਕਟਰ ਡਲਹੌਜੀ ਨੇ ਤੋਸ਼ੇਖਾਨੇ ਵਿੱਚੋਂ ਬੇਸ਼ਕੀਮਤੀ ਹੀਰੇ ਦਲੀਪ ਸਿੰਘ ਨੂੰ ਭੇਜੇ। ਇਸ ਮੌਕੇ ਦਲੀਪ ਸਿੰਘ ਨੇ ਪੁੱਛਿਆ ਕਿ ਮੇਰਾ ਕੋਹੇਨੂਰ ਹੀਰਾ ਕਿੱਥੇ ਹੈ ਜਿਹੜਾ ਮੈਂ ਆਪਣੇ ਪਿਛਲੇ ਜਨਮ ਦਿਨ ਤੇ ਪਾਇਆ ਸੀ। ਕੋਹੇਨੂਰ ਦੇ ਹੀਰੇ ਦਾ ਜ਼ਿਕਰ ਆਉਂਦੇ ਹੀ ਲੌਗਿਨ ਨੇ ਟਾਲ ਮਟੋਲ ਕਰਦਿਆਂ ਗੱਲ ਅਣਸੁਣੀ ਕਰ ਦਿੱਤੀ। ਆਖਿਰ ਈਸਾਈ ਰਸਮਾਂ ਦੇ ਨਾਲ ਉਸਦਾ ਧਰਮ ਬਦਲ ਕੇ ਉਸਨੂੰ ਈਸਾਈ ਬਣਾ ਦਿੱਤਾ ਗਿਆ। ਅੱਜ ਦੇ ਦਿਨ ਉਸਦੇ ਕੇਸ ਵੀ ਕਤਲ ਕੀਤੇ ਗਏ। ਸੋ ਇਹ ਸੀ ਅੱਜ ਦਾ ਬਹੁਤ ਹੀ ਤ੍ਰਾਸਦੀ ਤੇ ਦੁਖਦਾਈ ਇਤਿਹਾਸ। ਸੋ ਇਸੇ ਤਰ੍ਹਾਂ ਦੀਆਂ ਇਤਿਹਾਸਿਕ ਘਟਨਾਵਾਂ ਦੇ ਨਾਲ ਭਰੀਆਂ ਵੀਡੀਓ ਲੈ ਕੇ ਆਪ ਜੀ ਦੇ ਰੂਬਰੂ ਹੁੰਦੇ ਰਹਾਂਗੇ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।